ਐਨਰਾ ਪਾਕਿਸਤਾਨ ਦੇ ਲਾਹੌਰ ਦੇ ਏਰੀਆ ਦੇ ਵਿੱਚੋਂ ਫਤੋਕੀ ਦੇ ਕ੍ਰਾਸ ਕਰਦੀਆਂ ਹੋਈਆਂ ਸਿੱਧੀਆਂ ਇੰਡੀਆ ਨੂੰ ਇਹ ਨਹਿਰਾਂ ਦਾ ਪਾਣੀ ਜਾਂਦਾ ਹੈ। ਇਹ ਨਹਿਰਾਂ ਬਿਲਕੁਲ ਇੰਡੀਆ ਅਤੇ ਪਾਕਿਸਤਾਨ ਦੇ ਬਿਲਕੁਲ ਬੀਚ ਵਿੱਚ ਸ਼ਾਮਿਲ ਨੇ। ਇਸ ਟਾਈਮ ਜਿਸ ਵਕਤ ਮੈਂ ਮੌਜੂਦ ਹਾਂ, ਇਹ ਪਾਕਿਸਤਾਨ ਦੇ ਏਰੀਆ ਡਿਸਟ੍ਰਿਕਟ ਉਕਾੜਾ। ਇਹ ਨਹਿਰਾਂ ਦਾ ਪਾਣੀ ਤੁਸੀਂ ਵੇਖ ਰਹੇ ਹੋ ਇਸ ਟਾਈਮ ਬੁਲੰਦੀ ਦੀ ਸਤਹ 'ਤੇ ਹੈ, ਇਸ ਟਾਈਮ ਬੁਲੰਦੀ ਦੀ ਸਤਹ 'ਤੇ ਮੌਜੂਦ ਹੈ। ਤੁਸੀਂ ਮੇਰੇ ਕੈਮਰੇ 'ਤੇ ਵੇਖ ਰਹੇ ਹੋ ਬੜੇ ਅੱਛੇ ਤਰੀਕੇ ਨਾਲ। ਬਹੁਤ ਜ਼ਿਆਦਾ ਹੱਦ ਤੱਕ ਜੋ ਇਸ ਵਕਤ ਪਾਣੀ ਹੈ ਨਾ ਇਸ ਨਹਿਰ ਦਾ, ਉਹ ਚੱਲ ਰਿਹਾ। ਅਗਰ ਤੁਸੀਂ ਵੇਖੋ ਮੇਰੇ ਕੈਮਰੇ 'ਤੇ ਅੱਗੇ ਸਾਹਮਣੇ ਬਿਲਕੁਲ ਔਰ ਸਾਹਮਣੇ ਸੈਂਟਰ 'ਚ ਇੱਕ ਨੂੰ ਬਰੇਤਾ ਸੱਦੇ, ਪੰਜਾਬੀ 'ਚ ਅਸੀਂ ਸੱਦਦੇ ਹਾਂ। ਇਹ ਸੈਂਟਰ ਤਹਿਤ ਬਿਲਕੁਲ ਉਹਦੇ ਪਿੱਛੇ ਦੇਖੋ ਦਰਿਆ ਸਤਲੁਜ ਅਤੇ ਇਹ ਨਹਿਰਾਂ ਇਸ ਪੁਆਇੰਟ 'ਤੇ ਸ਼ਾਮਿਲ ਹੁੰਦੀਆਂ ਪਈਆਂ ਨੇ। ਅਤੇ ਇਹ ਇੱਕ ਫੇਮਸ ਜਗ੍ਹਾ ਹੈ ਜਿੱਥੇ ਲੋਕ ਆ ਕੇ ਸੈਰ ਵ ਤਫਰੀਹ ਵਾਸਤੇ ਟਾਈਮ ਸਪੈਂਡ ਕਰਦੇ ਨੇ। ਅਤੇ ਲੋਕ ਬਹੁਤ ਦੂਰ ਤੋਂ ਇਸ ਪੰਜਾਬ ਜਿਹੜਾ ਸੂਬਾ ਹੈ ਪਾਕਿਸਤਾਨ ਦਾ, ਇਸ ਸੂਬੇ ਤੋਂ ਇਸ ਇਲਾਕੇ ਦੇ ਲੋਕ ਆਉਂਦੇ ਨੇ ਇੱਥੇ ਸੈਰ ਕਰਨ ਵਾਸਤੇ। ਇਸ ਇਲਾਕੇ ਦੇ ਵਿੱਚ ਇਸ ਪੁਆਇੰਟ 'ਤੇ ਬਹੁਤ ਜ਼ਿਆਦਾ ਤਫਰੀਹ ਦਾ ਮਕਾਮ ਹੈ। ਅਤੇ ਇਸ ਜਗ੍ਹਾ 'ਤੇ ਤੁਸੀਂ ਵੇਖ ਰਹੇ ਹੋ ਤਾਜ਼ਾ ਫਿਸ਼ ਫਰਾਈ ਕੀਤੀ ਹੋਈ, ਪਕੌੜਾ ਜਿੰਦਾ ਬਣਾਇਆ ਜਾਂਦਾ ਉਧਰ ਨੂੰ ਮਿਲਦਾ ਇੱਥੇ। ਇਹ ਲੋਕੇਸ਼ਨ ਦਰਿਆ ਸਤਲੁਜ ਦੇ ਕਿਨਾਰੇ 'ਤੇ ਅਤੇ ਦਰਿਆ ਸਤਲੁਜ ਦੇ ਨਾਲ ਇਹ ਜੁੜਵਾਂ ਨਹਿਰਾਂ ਇਹ ਇਸ ਪੁਆਇੰਟ 'ਤੇ ਮਿਲ ਰਹੀਆਂ ਨੇ। ਅਤੇ ਇਹ ਜਗ੍ਹਾ ਡਿਸਟ੍ਰਿਕਟ ਉਕਾੜਾ ਤਹਿਸੀਲ ਦੀਪਾਲਪੁਰ ਦੇ ਵਿੱਚ ਇਸ ਇਲਾਕੇ ਦਾ ਨਾਮ ਹੈ ਆਊਟਫਾਲ। ਇਸ ਇਲਾਕੇ ਵਿੱਚ ਕਿਉਂਕਿ ਕਾਫੀ ਜ਼ਿਆਦਾ ਹੱਦ ਤੱਕ ਜਿਹੜਾ ਨਾ ਲੋਕ ਦਾ ਜਿਹੜਾ ਰਹਿਣ ਸਹਿਣ ਹੈ ਜਾਂ ਫਿਰ ਇੱਥੋਂ ਦਾ ਇਲਾਕੇ ਦਾ ਜਿਹੜਾ ਕਲਚਰ ਹੈ ਜਾਂ ਲੋਕਾਂ ਦਾ ਜਿਹੜਾ ਰੋਜ਼ਗਾਰ ਹੈ, ਉਹ ਪਹਿਲੇ ਨੰਬਰ 'ਤੇ ਜ਼ਰਾਤ ਹੈ। ਜ਼ਮੀਂਦਾਰਾਂ ਕਰਦੇ ਨੇ ਅਤੇ ਜ਼ਮੀਂਦਾਰਾਂ ਤੋਂ ਬਾਅਦ ਆਪਣੇ ਮਵੈਸ਼ੀ ਵਗੈਰਾ ਪਾਲ ਕੇ ਅਤੇ ਦੁੱਧ ਵਗੈਰਾ ਦਾ ਕਾਰੋਬਾਰ ਕਰਦੇ ਨੇ। ਲੇਕਿਨ ਇਸ ਟਾਈਮ ਕਿਉਂਕਿ ਦਰਿਆ ਸਤਲੁਜ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੱਦ ਤੱਕ ਆਉਣ ਦੀ ਵਜ੍ਹਾ ਤੋਂ ਪੂਰਾ ਇਲਾਕਾ ਦਰਿਆ ਸਤਲੁਜ ਦੀ ਰੇਂਜ ਦੇ ਵਿੱਚ 7-8 ਕਿਲੋਮੀਟਰ ਦੇ ਵਿੱਚ ਜਿਹੜਾ ਏਰੀਆ ਆਉਂਦਾ ਹੈ ਉਹ ਸਾਰਾ ਡੁੱਬ ਚੁੱਕਾ ਇਸ ਵਕਤ, ਅਤੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਹੈ। ਅਤੇ ਮੈਂ ਇਸ ਵਾਸਤੇ ਇਹ ਵੀਡੀਓ ਬਣਾ ਰਿਹਾ ਕਿ ਤਾਂ ਕਿ ਰੈਸਕਿਊ ਟੀਮ ਆ ਕੇ ਇੱਥੇ ਇਸ ਇਲਾਕੇ ਵਿੱਚ ਰੈਸਕਿਊ ਕਰੇ ਅਤੇ ਲੋਕਾਂ ਦੀ ਇਮਦਾਦ ਕਰੇ, ਤਾਂ ਕਿ ਲੋਕਾਂ ਦੇ ਨੁਕਸਾਨਾਤ, ਉਹਨਾਂ ਦੇ ਜਿਹੜੇ ਘਰਾਂ ਵਿੱਚ ਸਮਾਨ ਪਿਆ ਉਸ ਇਲਾਕੇ ਵਿੱਚ ਜਿੱਥੇ ਇਸ ਵਕਤ ਪਾਣੀ ਪਹੁੰਚ ਚੁੱਕਾ ਹੈ, ਉਹਨਾਂ ਨੂੰ ਮਹਿਫੂਜ਼ ਬਣਾਇਆ ਜਾਏ। ਦਰਿਆ ਸਤਲੁਜ ਦੇ ਆਉਣ ਦੀ ਵਜ੍ਹਾ ਤੋਂ ਪਾਕਿਸਤਾਨ ਦਾ ਨੁਕਸਾਨ ਤਾਂ ਹੋਇਆ ਹੈ, ਲੇਕਿਨ ਇੰਡੀਆ ਦੇ ਜਿਹੜਾ ਪੰਜਾਬ ਸੂਬਾ ਹੈ ਉਹ ਵੀ ਬੜਾ ਜਿਹੜਾ ਨਾ ਬਹੁਤ ਜ਼ਿਆਦਾ ਹੱਦ ਤੱਕ ਉਹ ਵੀ ਡੁੱਬ ਚੁੱਕਾ ਹੈ। ਇਹ ਜਿਸ ਜਗ੍ਹਾ 'ਤੇ ਮੈਂ ਮੌਜੂਦ ਹਾਂ ਇਸ ਤੋਂ ਬਿਲਕੁਲ ਸਾਹਮਣੇ ਤੁਸੀਂ ਦੇਖੋਗੇ, ਅਗਰ ਇੱਥੋਂ ਸਟੇਟ ਫਾਰਵਰਡ ਮੈਂ ਅਗਰ ਤੁਹਾਨੂੰ ਦੱਸਾਂ ਤਾਂ ਕਮੋਬੇਸ਼ 1.5 ਕਿਲੋਮੀਟਰ, ਸਿਰਫ 1.5 ਕਿਲੋਮੀਟਰ 'ਤੇ ਅੱਗੇ ਇੰਡੀਆ ਦਾ ਜਿਹੜਾ ਬਾਰਡਰ ਹੈ। ਜਿਸ ਜਗ੍ਹਾ 'ਤੇ ਮੈਂ ਮੌਜੂਦ ਹਾਂ ਇਸ ਜਗ੍ਹਾ 'ਤੇ ਰਾਤ ਨੂੰ ਅਗਰ ਇੰਡੀਆ ਦੀ ਜਿਹੜੀ ਬਾੜ ਹੈ, ਜਿਹੜੀ ਉਹਨਾਂ ਨੇ ਲਾਈਨਾਂ ਲਗਾਈਆਂ ਹੋਈਆਂ, ਤਾਰਾਂ ਲਗਾਈਆਂ ਹੋਈਆਂ ਨੇ ਆਪਣੇ ਜਿਹੜੀ ਜ਼ਮੀਨ ਜਾਂ ਆਪਣਾ ਖਿੱਤੇ ਨੂੰ ਮਹਿਫੂਜ਼ ਬਣਾਉਣ ਵਾਸਤੇ, ਉਹਨਾਂ 'ਤੇ ਉਹਨਾਂ ਨੇ ਲਾਈਟਾਂ ਵੀ ਲਗਾਈਆਂ ਹੋਈਆਂ ਨੇ, ਅਗਰ ਉਹ ਰਾਤ ਨੂੰ ਚਲਾਉਂਦੇ ਨੇ ਤਾਂ ਉਹਨਾਂ ਦੀ ਰੋਸ਼ਨੀ ਇਸ ਇਲਾਕੇ ਵਿੱਚ ਇੱਥੇ ਸਾਫ਼ ਨਜ਼ਰ ਆਉਂਦੀ ਹੈ, ਲਾਈਟਾਂ ਨਜ਼ਰ ਆਉਂਦੀਆਂ ਨੇ।
ਔਰ ਇਹ ਦਰਿਆ ਸਤਲੁਜ ਜਿਹੜਾ ਹੈ, ਦਰਿਆ ਸਤਲੁਜ ਇੰਡੀਆ ਤੋਂ ਹੁੰਦਾ ਹੋਇਆ ਪਾਕਿਸਤਾਨ 'ਚ ਆਉਂਦਾ, ਫਿਰ ਇੰਡੀਆ 'ਚ ਚਲਾ ਜਾਂਦਾ। ਇਸ ਵਕਤ ਜਿਸ ਜਗ੍ਹਾ 'ਤੇ ਮੈਂ ਮੌਜੂਦ ਹਾਂ, ਇਹ ਸਿੱਧਾ ਪਾਣੀ ਇੱਥੋਂ ਹੈਡ ਸੁਲੇਮਾਨ ਕੀ ਜਾ ਰਿਹਾ। ਹੈਡ ਸੁਲੇਮਾਨ ਕੀ ਦੇ ਵਿੱਚ ਇਹ ਨਹਿਰਾਂ ਦਾ ਪਾਣੀ ਅਤੇ ਅੱਗੇ ਦਰਿਆ ਦਾ ਪਾਣੀ, ਕਿਉਂਕਿ ਇਹ ਪੁਆਇੰਟ ਉਹ ਹੈ ਜਿੱਥੇ ਦਰਿਆ ਸਤਲੁਜ ਦਾ ਅਤੇ ਨਹਿਰਾਂ ਦਾ ਪਾਣੀ ਮਿਲ ਰਿਹਾ। ਮੈਂ ਅਗਰ ਤੁਹਾਨੂੰ ਇਹ ਨਾਲ ਦਿਖਾਵਾਂ, ਇਹ ਦੂਸਰੇ ਪਾਸੇ ਇਹ ਦੇਖ ਲਓ ਮੋਟਰਸਾਈਕਲ ਆ ਰਹੇ ਨੇ, ਬਿਲਕੁਲ ਪਿੱਛੇ ਇਹ ਦਰਿਆ ਦਾ ਪਾਣੀ ਹੈ, ਇਹ ਨਹਿਰਾਂ ਦਾ ਪਾਣੀ ਹੈ। ਇੱਥੇ ਬਿਲਕੁਲ ਵੀ ਪਾਣੀ ਨਹੀਂ ਹੁੰਦਾ ਸੀ ਜਿਸ ਟਾਈਮ ਨੋਰਮਲ ਆਪਣੀਆਂ ਇਹ ਨਹਿਰਾਂ ਚੱਲ ਰਹੀਆਂ ਹੁੰਦੀਆਂ ਸਨ। 1988 ਤੋਂ ਬਾਅਦ 1995 'ਚ ਪਾਣੀ ਆਇਆ ਸੀ, ਲੇਕਿਨ ਉਹ ਵੀ ਜ਼ਿਆਦਾ ਨਹੀਂ ਸੀ। 1988 ਤੋਂ ਬਾਅਦ ਇਹ ਦੂਸਰਾ ਲੈਵਲ ਹੈ ਜਿਹੜਾ ਇਸ ਵਕਤ ਪਾਣੀ ਇਸ ਲੈਵਲ ਤੱਕ ਪਹੁੰਚਿਆ, ਅਤੇ ਹਾਲੇ ਵੀ ਕੋਈ ਪਤਾ ਨਹੀਂ। ਜੋ ਅੱਜ ਕੱਲ੍ਹ ਦੇ ਹਾਲਾਤ ਚੱਲ ਰਹੇ ਨੇ, ਮੌਸਮ ਦੀ ਕੋਈ ਸਿਚੁਏਸ਼ਨ ਦਾ ਪਤਾ ਨਹੀਂ ਹੈ। ਕਿਸੇ ਟਾਈਮ ਬਾਰਿਸ਼ ਹੋ ਜਾਂਦੀ ਹੈ ਅਤੇ ਕਿਸੇ ਟਾਈਮ ਹੀ ਮੌਸਮ ਜਿਹੜਾ ਨਾ ਖੁਸ਼ਕ ਹੋ ਜਾਂਦਾ, ਧੁੱਪ ਨਿਕਲ ਆਉਂਦੀ ਹੈ, ਲੇਕਿਨ ਇਹ ਬਾਰਿਸ਼ਾਂ ਦੀ ਵਜ੍ਹਾ ਤੋਂ ਹੀ ਸਭ ਤੋਂ ਜ਼ਿਆਦਾ ਜਿਹੜਾ ਨਾ ਨੁਕਸਾਨ ਹੋ ਰਿਹਾ। ਪਾਣੀ ਦੀ ਸਤਾ ਵੱਧਦੀ ਜਾ ਰਹੀ ਹੈ, ਅਤੇ ਉਹਦੀ ਦੂਸਰੀ ਵਜ੍ਹਾ ਇੰਡੀਆ ਦਾ ਪੰਜਾਬ, ਇੰਡੀਆ ਗਵਰਨਮੈਂਟ ਜਿਹੜੀ ਹੈ ਉਹਨਾਂ ਨੇ ਪਾਣੀ ਲੈਣ ਤੋਂ ਇਨਕਾਰ ਕਰ ਦਿੱਤਾ ਪਾਕਿਸਤਾਨ ਇੰਡੀਆ ਤੋਂ। ਜਿਹੜਾ ਆਪਣਾ ਦਿੱਲੀ ਤੱਕ ਉਹਨਾਂ ਦਾ ਜਿਹੜਾ ਪੰਜਾਬ ਦਾ ਜਿਹੜਾ ਏਰੀਆ ਹੈ ਉਹ ਡੁੱਬ ਚੁੱਕਾ ਹੈ। ਇੰਡੀਅਨ ਗਵਰਨਮੈਂਟ ਨੇ ਉਹਨੂੰ ਰਿਫਿਊਜ਼ ਕੀਤਾ, ਅਤੇ ਜਿਹਦੀ ਵਜ੍ਹਾ ਤੋਂ ਪੰਜਾਬ ਉਹਨਾਂ ਦਾ ਡੁੱਬ ਰਿਹਾ ਸੀ, ਅਤੇ ਪੰਜਾਬ ਗਵਰਨਮੈਂਟ ਜਿਹੜੀ ਇੰਡੀਆ ਦੀ ਹੈ ਉਹਨਾਂ ਨੇ ਪਾਣੀ ਛੱਡ ਦਿੱਤਾ ਆਪਣਾ ਹੈਡ ਸੁਲੇਮਾਨ ਕੀ ਦਰਿਆ ਸਤਲੁਜ ਦੇ ਵਿੱਚ। ਉਹ ਪਾਣੀ ਦਰਿਆ ਸਤਲੁਜ ਦੇ ਵਿੱਚ ਆਉਣ ਦੀ ਵਜ੍ਹਾ ਤੋਂ ਪਾਕਿਸਤਾਨ ਨੇ ਤਾਂ ਵੱਡੇ ਦਿਲ ਦਾ ਮੁਜ਼ਾਹਰਾ ਕੀਤਾ, ਇੰਡੀਆ ਨੂੰ ਮਹਿਫੂਜ਼ ਵੀ ਕੀਤਾ ਕਾਫੀ ਹੱਦ ਤੱਕ, ਜਿਹਦੇ ਵਿੱਚ ਇੰਡੀਆ ਖੁਦ ਇਸ ਗੱਲ ਦੀ ਗਵਾਹ ਹੈ। ਉਹ ਦੱਸਦੀ ਪਈ ਹੈ ਕਿ ਇੰਡੀਆ ਨੂੰ ਬਚਾਉਣ ਵਿੱਚ ਪਾਕਿਸਤਾਨ ਦਾ ਬਹੁਤ ਵੱਡਾ ਹੱਥ ਹੈ। ਪਾਕਿਸਤਾਨ ਨੇ ਵੱਡੇ ਦਿਲ ਦਾ ਮੁਜ਼ਾਹਰਾ ਕਰਦੇ ਹੋਏ ਹੈਡ ਸੁਲੇਮਾਨ ਕੀ ਦੇ ਸਾਰੇ ਗੇਟ ਚੁੱਕੇ ਨੇ, ਅਤੇ ਪਾਣੀ ਬੜੀ ਤੇਜ਼ੀ ਨਾਲ ਅੱਗੇ ਲੱਗਿਆ। ਅਗਰ ਖੁਦਾ ਨਾ ਖਾਸਤਾ ਪਾਕਿਸਤਾਨੀ ਗਵਰਨਮੈਂਟ ਜਾਂ ਪਾਕਿਸਤਾਨ ਦਾ ਮਹਿਕਮਾ ਨਿਹਾਰ ਹੈ, ਇਹ ਦਰਿਆ ਸਤਲੁਜ ਦਾ ਅਗਰ ਜਿਹੜੇ ਗੇਟ ਨੇ ਉਹਨਾਂ ਨਾ ਚੱਕਦੇ, ਅਤੇ ਜਿੱਥੇ ਆ ਪਾਕਿਸਤਾਨ ਦਾ ਪਾਣੀ ਪਹੁੰਚ ਚੁੱਕਾ ਹੈ, ਇਹ ਤਾਂ ਡੁੱਬੇ ਹੀ ਪੈਣੇ ਪਹਿਲੇ ਵੀ, ਲੇਕਿਨ ਪਾਣੀ ਦਾ ਖਰਾਜ ਨਾ ਹੋਣ ਦੀ ਵਜ੍ਹਾ ਤੋਂ ਇੰਡੀਆ ਸਾਰਾ ਦਾ ਸਾਰਾ ਡੁੱਬ ਜਾਣਾ ਸੀ। ਸਾਰਾ ਨਾ ਅਗਰ ਡੁੱਬਦਾ ਤਾਂ ਅੱਧਾ ਜ਼ਰੂਰ ਡੁੱਬ ਜਾਣਾ ਸੀ। ਸਿਰਫ ਇੰਡੀਆ ਮਹਿਫੂਜ਼ ਹੈ, ਅਤੇ ਸਿਰਫ ਪਾਕਿਸਤਾਨ ਦੀ ਇਸ ਇਕਦਾਮਾਤ ਦੀ ਵਜ੍ਹਾ ਤੋਂ ਕਿ ਉਹਨੇ ਇੰਡੀਆ ਨੂੰ ਮਹਿਫੂਜ਼ ਕੀਤਾ, ਆਪਣੇ ਆਪ ਨੂੰ ਵੀ ਡੁਬੋਇਆ, ਲੇਕਿਨ ਇਸ ਵਕਤ ਪਾਕਿਸਤਾਨ ਨੂੰ ਵੀ ਜ਼ਰੂਰਤ ਹੈ ਇਮਦਾਦ ਦੀ, ਉਹਨਾਂ ਦੀ ਰੈਸਕਿਊ ਦੀ ਜ਼ਰੂਰਤ ਹੈ। ਅਤੇ ਹੁਣ ਦੇਖਦੇ ਹਾਂ ਕਿ ਪਾਕਿਸਤਾਨ ਦੀ ਗਵਰਨਮੈਂਟ ਜਿਹੜੀ ਹੈ ਕਿਸ ਤਰੀਕੇ ਨਾਲ ਪਾਕਿਸਤਾਨ ਦੇ ਇਹਨਾਂ ਇਲਾਕਿਆਂ ਦੀ ਮਦਦ ਕਰਦੀ ਹੈ, ਅਤੇ ਇਹ ਜਿਹੜੇ ਗਰੀਬ ਲੋਕ ਜਿਹੜੇ ਡੁੱਬ ਚੁੱਕੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਇਮਦਾਦ ਪਹੁੰਚਾਉਂਦੀ ਹੈ। ਮੈਂ ਦੇਖ ਰਿਹਾ ਕਿ ਦਿਨ ਬ ਦਿਨ ਜਿਹੜਾ ਨਾ ਹਰ ਦਿਨ ਆਉਣ ਵਾਲਾ ਦਿਨ ਜਿਹੜਾ ਉਸ ਦਿਨ ਦੇ ਆਉਣ ਦੇ ਨਾਲ ਪਾਣੀ ਦੀ ਸਤਾ ਵਿੱਚ ਦਿਨ ਬ ਦਿਨ ਇਜ਼ਾਫਾ ਹੋ ਰਿਹਾ, ਅਤੇ ਪਾਣੀ ਦਾ ਅਗਰ ਮੈਂ ਤੁਹਾਨੂੰ ਪ੍ਰੈਸ਼ਰ ਦੱਸਾਂ ਤਾਂ ਪਾਣੀ ਬੜੀ ਤੇਜ਼ੀ ਨਾਲ ਨਿਕਲ ਰਿਹਾ ਹੈ। ਇਹ ਤਾਂ ਨਹਿਰਾਂ ਦਾ ਪਾਣੀ ਹੈ, ਮੈਂ ਇਸ ਤੋਂ ਬਾਅਦ ਤੁਹਾਨੂੰ ਵਿਜ਼ਿਟ ਕਰਾਉਣਾ ਦਰਿਆ ਦੇ ਪਾਣੀ ਕਿ ਕਿੰਨੀ ਸਪੀਡ ਨਾਲ ਪਾਣੀ ਗੁਜ਼ਰ ਰਿਹਾ। ਤੁਸੀਂ ਦੇਖੋ ਨਹਿਰਾਂ ਦਾ ਪਾਣੀ ਹੈ ਉਹ ਕਿੰਨੀ ਸਪੀਡ ਨਿਕਲ ਰਿਹਾ, ਪਾਣੀ ਦਾ ਪ੍ਰੈਸ਼ਰ ਦੇਖੋ ਬਹੁਤ ਤੇਜ਼ ਹੈ। ਪਾਣੀ ਨੂੰ ਤੁਸੀਂ ਦੇਖ ਰਹੇ ਹੋ, ਦੇਖਣ ਦੇ ਨਾਲ ਤੁਹਾਨੂੰ ਆਈਡੀਆ ਹੈ ਕਿ ਪਾਣੀ ਬਿਲਕੁਲ ਕਿਨਾਰੇ 'ਤੇ ਪਹੁੰਚ ਚੁੱਕਾ ਹੈ। ਸਿਰਫ 1 ਫੁੱਟ ਪਾਣੀ ਹੋਰ ਅਗਰ ਆ ਗਿਆ ਤਾਂ ਇਹ ਇਲਾਕਾ ਆਸ ਪਾਸ ਦਾ ਜਿਹੜਾ ਇਲਾਕਾ ਹੈ, ਇਸ ਆਸ ਪਾਸ ਦੇ ਇਲਾਕੇ ਦੇ ਵਿੱਚ ਪਾਣੀ
ਮਜ਼ੀਦ ਅੱਗੇ ਵੱਧ ਜਾਏਗਾ ਤਾਂ ਜਿਹੜੇ ਆਸ ਪਾਸ ਦੇ ਜਿਹੜੇ ਪਿੰਡ ਨੇ ਦਿਹਾਤ ਨੇ ਉਹ ਵੀ ਇਸ ਪਾਣੀ ਦੇ ਵਿੱਚ ਡੁੱਬ ਜਾਣਗੇ, ਸ਼ਿਕਾਰ ਹੋ ਜਾਣਗੇ, ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਏਗਾ। ਇਸ ਤੋਂ ਪਹਿਲੇ ਕਿ ਨੁਕਸਾਨ ਹੋਏ, ਗਵਰਨਮੈਂਟ ਪਾਕਿਸਤਾਨ ਨੂੰ ਇਹਨਾਂ ਇਲਾਕਿਆਂ ਨੂੰ ਮਹਿਫੂਜ਼ ਬਣਾਉਣ ਵਾਸਤੇ ਇਕਦਾਮਾਤ ਦੀ ਜ਼ਰੂਰਤ ਹੈ।